ਇੱਕ ਘਟਨਾ ਸਾਂਝੀ ਕਰਾਂ ਤੇ ਇੱਕ ਅਖਾਣ ਆਪ ਨਾਲ ਸਾਂਝਾ ਕਰਾਂ। ਕਹਿੰਦੇ ਆ ਸਿਆਣੇ ਬੰਦਿਆਂ ਨੇ ਆਪਣੀ ਸਿਆਣਪ ਜਿਹੜੀ ਹੈਗੀ ਉਹ ਸ਼ਬਦਾਂ ਵਿੱਚ ਕੈਦ ਕੀਤੀ ਹੈ, ਪਰ ਇੱਕ ਅਖਾਣ ਮੈਂ ਪੜ੍ਹਨ ਲੱਗਾ ਸਤਿਗੁਰੂ ਜੀ ਕੋਲ ਮਾਫ਼ੀ ਮੰਗ ਕੇ ਮੈਂ ਪੜ੍ਹ ਰਿਹਾ, ਸੰਗਤ ਕੋਲੋਂ ਮਾਫ਼ੀ ਮੰਗ ਕੇ ਮੈਂ ਪੜ੍ਹ ਰਿਹਾ, ਸੁਣਿਆ ਹੋਏਗਾ ਤੁਸੀਂ ਸਾਰਿਆਂ ਨੇ। ਭੈਣ ਘਰ ਭਾਈ ਅਗਲਾ ਸ਼ਬਦ ਕੀ ਹੈ? ਕੁੱਤਾ। ਸਹੁਰੇ ਘਰ ਜਵਾਈ ਫਿਰ ਸ਼ਬਦ ਵੀ ਹੈ, ਹੱਦ ਹੋ ਗਈ। ਮੈਂ ਭਾਈ ਵੀ ਹੈ, ਮੈਂ ਜਵਾਈ ਵੀ ਹੈ, ਮੈਂ ਕੁੱਤਾ ਕਿਵੇਂ ਹੋ ਗਿਆ ਬਾਈ? ਲੋਕੀ ਕਹਿੰਦੇ ਸਿਆਣਿਆਂ ਨੇ ਅਖਾਣ ਲਿਖੀ ਹੈ, ਕਿੱਦਾਂ ਦਾ ਅਖਾਣ ਹੈ ਵੀ ਸਹੁਰੇ ਘਰ ਜਵਾਈ ਨਾ ਜਾਵੇ ਤੇ ਭੈਣ ਦੇ ਘਰ ਭਾਈ ਨਾ ਜਾਵੇ, ਇਹਨਾਂ ਹੈ ਨਾ ਜੇ ਅਖਾਣ। ਤੇ ਦਿਲ ਸੋਚਦਾ ਵੀ ਕਿੱਦਾਂ ਦੀ ਸਿਆਣਪ ਹੈ, ਇਹ ਗਲਤ ਹੈ। ਪਰ ਕਈ ਵਾਰੀ ਕੁਝ ਘਟਨਾਵਾਂ ਦੇਖਣ ਨੂੰ ਮਿਲਦੀਆਂ, ਕਿਸੇ ਦੇ ਘਰ ਗਏ ਤੇ ਉਹਨਾਂ ਦਾ ਬੱਚਾ ਬੜੀ ਤੇਜ਼ੀ ਨਾਲ ਦੌੜ ਕੇ ਅੱਗੋਂ ਲੰਘਿਆ, ਉਹ ਚੰਗੀ ਤਰ੍ਹਾਂ ਬੰਦੇ ਵੀ ਨਹੀਂ ਬੁਲਾਏ ਤੇ ਸਮਝ ਆ ਗਈ ਵੀ ਕੁਝ ਗੜਬੜ ਹੈ ਵੀ ਅੱਗੇ ਪਿਆਰ ਨਾਲ ਬਣਾਉਂਦਾ ਸੀ, ਮਿਲਦਾ ਸੀ, ਉਹਨੇ ਦੇਖ ਵੀ ਲਿਆ, ਭਜਿਆ ਜਾਂਦਾ, ਲੱਗਦਾ ਕੁਝ ਗੜਬੜ ਹੈ, ਜਾ ਕੇ ਦੇਖਾਂ ਘਰ 'ਚ ਕੀ ਹੈ। ਤੇਜ਼ੀ ਨਾਲ ਗਏ, ਅੱਗੇ ਗਏ ਤੇ ਉਹਨਾਂ ਦੇ ਬਜ਼ੁਰਗ, ਉਹਦੇ ਮਾਤਾ ਤੇ ਪਿਤਾ ਜੀ, ਮਾਂ ਦੀ ਅੱਖਾਂ ਭਿੱਜੀਆਂ ਪਈਆਂ, ਉਹ ਬੱਲੂ ਨਾਲ ਆਪਣੀ ਅੱਖਾਂ ਪੂੰਝ ਰਹੀ ਹੈ, ਪਿਓ ਦਾ ਰੰਗ ਉੱਡਿਆ ਹੋਇਆ ਤੇ ਜਾ ਕੇ ਪੁੱਛਿਆ ਵੀ ਭਾਈ ਸਾਹਿਬ ਕੀ ਹੋ ਗਿਆ? ਉਹਨੇ ਕੋਈ ਗੱਲ ਨਹੀਂ ਕਹਿ ਜੀ, ਨਹੀਂ ਦੱਸੋ, ਪਰ ਸਾਂਝ ਸੀ, ਉਹਨੇ ਦੱਸ ਦਿੱਤੀ ਗੱਲ। ਕਹਿਣ ਲੱਗੇ ਕੀ ਦੱਸੇ ਗਿਆਨੀ ਜੀ? ਜਵਾਈ ਨਾਰਾਜ਼ ਹੋ ਕੇ ਚਲੇ ਗਿਆ। ਜਵਾਈ ਕਿਉਂ ਨਾਰਾਜ਼ ਹੋ ਗਿਆ? ਬਸ ਜੀ ਨਾਰਾਜ਼ ਹੋ ਗਿਆ, ਉਹ ਤਾਂ ਭੱਜ ਕੇ ਗਿਆ ਵੀ ਮਨਾ ਕੇ ਆਵੇ, ਨਹੀਂ ਤਾਂ ਉਹਦੀ ਭੈਣ ਨੂੰ ਦੁਖੀ ਕਰੇਗਾ। ਇਹ ਤਾਂ ਰੋਂਦੀ ਹੈ ਵੀ ਮੇਰੀ ਧੀ ਨੂੰ ਕਿਸੇ ਹੁਣ ਦੁਖੀ ਨਾ ਹੋਣਾ ਪਵੇ, ਮੈਂ ਤਾਂ ਚਿੰਤਾ ਵਿੱਚ ਆ ਵੀ ਉਹ ਵਾਪਸ ਲਿਆਏਗਾ ਕਿ ਨਹੀਂ, ਠੀਕ ਹੋਏਗੀ ਗੱਲ ਕਿ ਨਹੀਂ, ਨਾਰਾਜ਼ ਕਿਉਂ ਹੋ ਗਿਆ ਜੀ? ਕਹਿੰਦੇ ਅਚਨਚੇਤ ਆ ਗਿਆ ਉਹ, ਸਾਨੂੰ ਤੇ ਪਤਾ ਹੀ ਨਹੀਂ ਸੀ, ਸਾਨੂੰ ਤਾਂ ਦੱਸਿਆ ਹੀ ਨਹੀਂ, ਤੇ ਆਇਆ ਵੀ ਐਨ ਪ੍ਰਸ਼ਾਦੇ ਦੇ ਸਮੇਂ। ਮੈਂ ਬੈਠ ਕੇ ਤੇ ਮੇਰੇ ਅੱਗੇ ਦਾਲ ਰੋਟੀ ਰੱਖੀ ਸੀ, ਅਸੀਂ ਮੂੰਗੀ ਮੱਛੀ ਦਾਲ ਬਣਾਈ ਸੀ, ਨਾਲ ਹੀ ਆ ਕੇ ਬਹਿ ਕੇ ਬਸ ਪ੍ਰਸ਼ਾਦਾ ਛੱਡਣਾ ਮੈਂ ਵੀ। ਹੁਣ ਇੰਨੀ ਛੇਤੀ ਬੰਦਾ ਕੀ ਕਰ ਸਕਦਾ? ਆਂਢ ਗੁਆਂਢੀ ਦੇਖ ਲੈ, ਗੁਆਂਢੀਆਂ ਦੇ ਘਰ ਸਬਜ਼ੀ ਬਣੀ ਸੀ, ਇੱਕ ਕੌਲੀ ਉੱਧਰ ਮੰਗ ਲਈ, ਦਾਲ ਅੱਗੇ ਰੱਖਤੀ, ਸਬਜ਼ੀ ਅੱਗੇ ਰੱਖ ਦਿੱਤੀ, ਖਾਣੀ ਤੇ ਕੀ ਸੀ? ਉਹਨੂੰ ਵੇਖ ਕਈ ਭਾਂਬੜ ਮੱਚ ਗਿਆ, ਤੁਸੀਂ ਜਵਾਈਆਂ ਦੀ ਸੇਵਾ ਨਹੀਂ ਕਰ ਸਕਦੇ, ਮੂੰਗੀ ਦੀ ਦਾਲ ਖਵਾਉਣੀ ਹੈ? ਉਹ ਨਾਰਾਜ਼ ਹੋ ਕੇ ਚਲੇ ਗਿਆ। ਮੈਨੂੰ ਸਮਝ ਆਈ ਵੀ ਸਿਆਣਿਆਂ ਨੇ ਵੇਖਿਆ ਵੀ ਜਦੋਂ ਜਵਾਈ ਹੋਣ ਦੇ ਨਸ਼ੇ ਵਿੱਚ ਹੰਕਾਰੀ ਹੋ ਕੇ ਬੰਦਾ ਜਦੋਂ ਜਾਂਦਾ ਨਾ, ਵਕਤ ਹੀ ਪਾਉਂਦਾ, ਚੰਗਾ ਹੈ ਜਾਵੇ ਨਾ, ਆਪਣੇ ਘਰ ਹੀ ਬੈਠਾ ਰਹੇ, ਐਸਾ ਖਾਣ ਬਣਾ ਲਈਏ ਉਹ ਖਾਣ ਨੂੰ ਪੜ੍ਹ ਪੜ੍ਹ ਕੇ ਇਹਦੇ ਅੰਦਰ ਆਵੇ, ਮੈਂ ਜਾਵਾਂਗਾ ਤੇ ਗਲਤੀ ਹੋਏਗਾ। ਇਹੀ ਗੱਲ ਹੈ, ਜਦੋਂ ਭੈਣ ਦੇ ਘਰ ਭਰਾ ਜਾਂਦਾ ਉਦੋਂ ਸੱਸ ਦੁਆਲੇ ਹੋ ਜਾਂਦੀ ਹੈ, ਕਿਉਂ ਆਇਆ ਸੀ, ਕੀ ਲੈ ਗਿਆ, ਬਹੁਤਾ ਨਾ ਆਇਆ ਕਰੇ, ਕੀ ਕੰਨ ਭਰ ਗਿਆ ਤੇਰੇ, ਤਾਂ ਵੀ ਧੀ ਨੂੰ ਦੁਖੀ ਹੋਣਾ ਪੈਂਦਾ ਬਹੁਤਿਆਂ ਬਾਰੇ। ਕਿਸੇ ਨੇ ਖਾਣ ਬਣਾ ਦਿੱਤਾ ਤਾਂ ਕਿ ਧੀ ਖੁਸ਼ੀ ਨਾਲ ਰਹਿ ਸਕੇ, ਇਹ ਥੋੜੇ ਥੋੜੇ ਜਿਹੇ ਘਰੋਂ ਪਾਸੇ ਹੀ ਰਹਿਣ,
ਇਥੋਂ ਇੱਕ ਗੱਲ ਤੇ ਸਪਸ਼ਟ ਹੈ ਨਾ ਵੀ ਮਨੁੱਖ ਜਦੋਂ ਜਵਾਈ ਬਣ ਕੇ ਸਹੁਰੇ ਘਰ ਜਾਂਦਾ, ਪੁੱਤ ਬਣ ਕੇ ਨਹੀਂ ਜਾਂਦਾ, ਉਦੋਂ ਹੰਕਾਰ ਦੇ ਪੰਜ ਸਿਰ ਤੇ ਚੁੱਕ ਕੇ ਲੈ ਕੇ ਜਾਂਦਾ ਤੇ ਵਕਤ ਪਾ ਦਿੰਦਾ ਸਾਰਿਆਂ ਨੂੰ। ਪਰ ਜੇ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਜਾ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਮਿੱਠਤ ਨੀਵੀ ਨਾਨਕਾ ਪੜੋ ਸਾਰੇ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤੱਤ ਹੈ ਗੁਣਾਂ ਦਾ ਚੰਗਿਆਈਆਂ ਦਾ, ਉਹ ਇਹਨੂੰ ਨੀ ਛੱਡਣਾ, ਨਿਮਰਤਾ ਰੱਖਣੀ ਜੀਵਨ ਦੇ ਵਿੱਚ। ਇੱਕ ਫਿੱਕਾ ਨਾ ਗੱਲ ਆਏ, ਗੁਰਬਾਣੀ ਕਹਿੰਦੀ ਇੱਕ ਫਿੱਕਾ ਬੋਲ ਨਹੀਂ ਬੋਲਣਾ, ਸਾਰਿਆਂ ਦੇ ਵਿੱਚ ਰੱਬ ਰਹਿੰਦਾ ਹੈ। ਫਿਆ ਉਹਨਾਂ ਠਾਹੇ ਕਹੀ ਦਾ ਕਿਸੇ ਦਾ ਹਿਰਦਾ ਨਹੀਂ ਦੁਖਾਣਾ। ਫਿਰ ਧੰਨ ਗੁਰੂ ਰਾਮਦਾਸ ਸਾਹਿਬ ਕੋਲ ਬਹਿੰਦਾ, ਉਹਨਾਂ ਦਾ ਜੀਵਨ ਵੇਖਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਦੇ ਜਵਾਈ ਹੈ, ਰਿਸ਼ਤੇ ਵਿੱਚ ਕੀ ਆ ਉਹ ਜਵਾਈ ਹੈ। ਸੇਵਾ ਸ਼ੁਰੂ ਹੋਈ, ਟੋਕਰੀ ਲੈ ਕੇ ਸਭ ਤੋਂ ਪਹਿਲਾਂ ਭੇਜੇ, ਮੈਂ ਮਿੱਟੀ ਬਣ ਰਹੀ, ਇੱਟਾਂ ਚੁੱਕਣ ਲੱਗਿਆ ਸਭ ਤੋਂ ਮੂਹਰੇ ਆਪ, ਮੈਂ ਇੱਟਾਂ ਢੋਣੀਆਂ ਸਿਰ ਤੇ, ਹੁਣ ਕਹੀ ਚਲਾਉਣੀ, ਮਿੱਟੀ ਦੇ ਟੋਕਰੇ ਚੁੱਕਣੇ, ਇੱਟਾਂ ਚੁੱਕਣੀਆਂ। ਤੇ ਕਿਸਨੇ ਕਹਿਣਾ ਭਾਈ ਤੁਸੀਂ ਕਿਉਂ ਕਰਦੇ, ਤੁਸੀਂ ਤੇ ਗੁਰੂ ਘਰ ਦੇ ਜਵਾਈ ਹੈ। ਤੇ ਕਹਿਣਾ ਨਾ ਮੈਂ ਤੇ ਟਹਿਲੀਆਂ ਹੈ ਗੁਰੂ ਘਰ। ਹੁਣ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਵੀ ਸਾਡੀ ਕੁਲ ਦੇ ਵਿੱਚ ਲੜਕਾ ਸਾਡਾ ਜਵਾਈ ਹੋ ਕੇ ਤੇ ਟੋਕਰੀ ਢਾਉਂਦਾ, ਉਹ ਲੜਨ ਵਾਸਤੇ ਆ ਗਏ ਸੀ ਗੁਰੂ ਅਮਰਦਾਸ ਸਾਹਿਬ ਨਾਲ ਸਾਰੇ ਇਕੱਠੇ ਹੋ ਗਏ, ਜਿਨ੍ਹਾਂ ਨੇ ਬਚਪਨ ਵਿੱਚ ਗੁਰੂ ਰਾਮਦਾਸ ਸਾਹਿਬ ਦੀ ਬਾਂਹ ਨਹੀਂ ਫੜੀ। ਪਰ ਹੰਕਾਰ ਵੇਖੋ ਕਿੰਨਾ ਵੱਡਾ, ਪਤਾ ਲੱਗਿਆ ਵੀ ਸਾਡੀ ਕੁਲ ਦਾ ਲੜਕਾ ਜਿਹੜਾ ਹੈਗਾ ਜਵਾਈ ਹੋ ਕੇ ਕੰਮ ਕਰਦਾ, ਇਹ ਤੇ ਸਾਡੀ ਨੱਕ ਵਢਾ ਰਿਹਾ, ਜਿਵੇਂ ਜਵਾਈ ਕੰਮੇ ਨਹੀਂ ਕਰ ਸਕਦੇ। ਵੇਖੋ ਕਿਆ ਸੋਚ ਹੈ ਸਾਡੇ ਲੋਕਾਂ ਦੀ। ਉਹ ਲੜਨ ਵਾਸਤੇ ਆ ਗਏ ਸੀ ਇਕੱਠੇ ਹੋ ਕੇ, ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਗੱਲਾਂ ਨਾ ਸਮਝਿਓ, ਅਸੀਂ ਹੈਗੇ ਆ, ਏਦਾਂ ਕਰਦਾ ਕੋਈ ਜਵਾਈਆਂ ਨਾਲ। ਤੇ ਗੁਰੂ ਰਾਮਦਾਸ ਸਾਹਿਬ ਜੀ ਬਾਹਰ ਖੜ ਕੇ ਟੋਕਰ ਨੂੰ ਜੱਫਾ ਪਾ ਕੇ ਖੜ ਗਏ ਤੇ ਅੱਖਾਂ ਮੀਟ ਕੇ ਅਰਦਾਸ ਕਰਨ ਦੱਸਦੇ ਆ, ਇਹਨਾਂ ਨੂੰ ਨੀ ਪਤਾ ਇਹ ਤੇ ਹੰਕਾਰ ਦੀਆਂ ਪੰਡਾਂ ਜੁਗੇ ਆਏ ਆ, ਇਹ ਤੇ ਆਪਣੇ ਆਪ ਨੂੰ ਉੱਚਾ ਸਮਝ ਕੇ ਆਏ ਆ ਵੀ ਅਸੀਂ ਲੜਕੀ ਵਾਲੇ ਦੇ ਚੱਲੇ ਆ, ਆਪਾਂ ਲੜਕੇ ਵਾਲੇ ਹੁੰਦੇ ਹਾਂ, ਪਤਾ ਨੀ ਕੀ ਤੋਪ ਹੈ ਅਸੀਂ। ਇਹਨਾਂ ਨੂੰ ਨੀ ਪਤਾ ਤੂੰ ਕੌਣ ਹੈ, ਇਹਨਾਂ ਨੂੰ ਨੀ ਪਤਾ ਤੇਰਾ ਤੇ ਮੇਰਾ ਰਿਸ਼ਤਾ ਕੀ ਹੈ, ਤੂੰ ਮੇਰਾ ਪਿਓ ਹੈ, ਤੂੰ ਮੇਰਾ ਗੁਰੂ ਹੈ, ਮੈਨੂੰ ਤੇਰੀ ਸੇਵਾ ਚ ਜੋ ਆਨੰਦ ਮਿਲਦਾ ਉਹ ਕਿਧਰੋਂ ਨਹੀਂ ਮਿਲਦਾ, ਦਾਦਿਆ ਕਿਤੇ ਟੋਕਰਾਂ ਨਾ ਲੈ ਲਈ ਵਾਪਸ, ਕਿਤੇ ਸੇਵਾ ਨਾ ਲੈ ਲਈ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਰੱਜ ਕੇ ਸੇਵਾ ਕਰਨੀ ਚਾਹੁੰਦਾ ਕਿਉਂਕਿ ਤੇਰਾ ਘਰ ਮੇਰਾ ਆਪਣਾ ਘਰ ਹੈ। ਉਹ ਜਿਹੜਾ ਗੁਰੂ ਰਾਮਦਾਸ ਸੱਚ ਕੋਲ ਬਹਿ ਜਾਏਗਾ ਐਸਾ ਜਵਾਈ, ਉਹ ਸਹੁਰੇ ਘਰ ਭੁਚਾਲ ਤਾਂ ਨਹੀਂ ਲਿਆਏਗਾ, ਉਹ ਤਾਂ ਹੱਥ ਵਟਾਏਗਾ ਜਾ ਕੇ। ਫਿਰ ਗੱਲ ਕਿਵੇਂ ਚੱਲੇਗੀ, ਫਿਰ ਗੱਲ ਇਹ ਹੋਏਗੀ ਵੀ ਇੱਕ ਮਾਂ ਕਹਿੰਦੀ ਵੀ ਮੇਰੇ ਪੁੱਤ ਆ ਜਾਏ, ਇੱਕ ਪੁੱਤ ਆ ਗਿਆ, ਇੱਕ ਆ ਜਾਏ, ਫਿਰ ਮੈਨੂੰ ਕੋਈ ਚਿੰਤਾ ਨਹੀਂ, ਸਾਰਾ ਕੰਮ ਸਾਂਭ ਲੈਣਾ। ਤੇ ਗਵਾਂਢਣ ਕਹਿਣ ਲੱਗੀ ਹੱਦ ਹੋ ਗਈ, ਤੇਰੇ ਤੇ ਇੱਕੋ ਹੀ ਪੁੱਤ ਹੈ, ਤੂੰ ਆ ਖੜਾ ਹੈ, ਤੇ ਕਿਹੜਾ ਤੇਰਾ ਹੋਰ ਪੁੱਤ ਆ ਜਾਏ। ਉਹ ਕਹਿਣ ਲੱਗੀ ਮੇਰਾ ਜਵਾਈ, ਮੇਰਾ ਜਵਾਈ ਉਹ ਆ ਗਿਆ, ਉਹਨੇ ਆਪੇ ਸਾਂਭ ਲੈਣਾ ਹੈ। ਉਹ ਕਹਿਣ ਲੱਗੀ ਹੱਦ ਹੋ ਗਈ, ਤੁਹਾਡਾ ਜਵਾਈ ਇੰਨਾ ਕੰਮ ਕਰਦਾ ਤੁਹਾਡੇ ਘਰ ਆ ਕੇ। ਉਹ ਕਹਿਣ ਲੱਗੀ ਗੁਰੂ ਰਾਮਦਾਸ ਸਾਹਿਬ ਜੀ ਕੋਲ ਬੈਠ ਕੇ ਆਉਂਦਾ, ਉਹ ਗੁਰੂ ਗ੍ਰੰਥ ਸਾਹਿਬ ਕੋਲ ਬੈਠ ਕੇ ਆਉਂਦਾ ਹੈ,
ਉਹ ਪੁੱਤ ਬਣ ਕੇ ਆਉਂਦਾ ਸਾਡੇ ਘਰ, ਉਹ ਧੌਂਸ ਜਮਾਨ ਨਹੀਂ ਆਉਂਦਾ। ਇਸ ਕਰਕੇ ਮੈਂ ਕਹਿ ਦਈਏ ਮੇਰਾ ਪੁੱਤ ਹੈ। ਹੁਣ ਆਹ ਹੈ ਰਿਸ਼ਤਾ ਨਿਭਾਉਣਾ। ਜਦੋਂ ਅਸੀਂ ਗੁਰਬਾਣੀ ਕੋਲ ਬੈਠਾਂਗੇ, ਗੁਰੂ ਇਤਿਹਾਸ ਕੋਲ ਬੈਠਾਂਗੇ, ਤਾਂ ਇੱਕ ਬੱਚਾ ਚੰਗਾ ਪਤੀ ਹੋ ਜਾਏਗਾ, ਉਹਦੇ ਜੀਵਨ ਵਿੱਚ ਨਸ਼ਾ ਨਹੀਂ ਹੋਏਗਾ, ਉਹਦੇ ਜੀਵਨ ਵਿੱਚ ਇਮਾਨਦਾਰੀ ਹੋਏਗੀ ਰਿਸ਼ਤੇ ਦੇ ਪ੍ਰਤੀ, ਉਹਦੇ ਜੀਵਨ ਦੇ ਵਿੱਚ ਸਤਿਕਾਰ ਹੋਏਗਾ। ਉਹ ਜਿਵੇਂ ਚਾਹੁੰਦਾ ਕਿ ਮੇਰੀ ਘਰਵਾਲੀ ਮੇਰੇ ਮਾਪਿਆਂ ਦਾ ਸਤਿਕਾਰ ਕਰੇ, ਫਿਰ ਉਹਦੇ ਅੰਦਰ ਹੋਏਗੀ ਮੈਂ ਵੀ ਇਹਦੇ ਮਾਪਿਆਂ ਦਾ ਸਤਿਕਾਰ ਕਰਨਾ, ਮੇਰੇ ਮਾਪਿਆਂ ਨੂੰ ਪ੍ਰਸ਼ਾਦਾ ਬਣਾ ਕੇ ਛਕਾਉਂਦੀ ਹੈ, ਤੇ ਮੈਂ ਇਹਦੇ ਮਾਪਿਆਂ ਕੋਲ ਜਾ ਕੇ ਸੇਵਾ ਕਰਨ ਵਾਸਤੇ ਜਾਣਾ, ਮੈਂ ਵੀ ਸੇਵਾ ਕਰਨ ਵਾਸਤੇ ਜਾਣਾ। ਇਹ ਸਿੱਖਿਆ ਗੁਰਬਾਣੀ ਨੇ ਦੇਣੀ ਆ, ਇਹ ਸਿੱਖਿਆ ਇਤਿਹਾਸ ਨੇ ਦੇਣੀ ਹੈ, ਬਹਿਣਾ ਪਏਗਾ। ਆਪਾਂ ਹੋਰਾਂ ਕੋਲ ਬੜੀ ਸਿੱਖਿਆ ਸਿੱਖਦੇ ਹਾਂ, ਸਾਨੂੰ ਗੁਰਬਾਣੀ ਤੇ ਇਤਿਹਾਸ